ਠੀਕ ਹੈ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਜੀ ਕੁਵਰ ਅਮਰਿਤ ਵੀਰ ਸਿੰਘ ਮੈਂ ਪੰਜਾਬ ਦੇ ਡਿਸਟ੍ਰਿਕਟ ਗੁਰਦਾਸਪੁਰ ਸ਼ਹਿਰ ਬਟਾਲੇ ਤੇ ਪਿੰਡ ਉਮਰਵਾਲਾ ਦਾ ਤਾਂ ਵਾ ਕੀ ਕਰਦੇ ਮੈਂ ਪੁਸ਼-ਅਪ ਦਾ ਰਿਕਾਰਡ ਕੀਤਾ ਵਾ ਮੇਰੇ ਪਹਿਲਾਂ ਵੀ ਦੋ ਰਿਕਾਰਡ ਹੈਗੇ ਸੀ ਜਿਹਦੇ ਵਿੱਚ ਮੈਂ 1 ਮਿੰਟ ਦੇ ਵਿੱਚ 118 ਨਕਲ ਪੁਸ਼-ਅਪ ਕੀਤੇ ਸੀ ਉਹ ਵਰਲਡ ਰਿਕਾਰਡਸ ਆਫ ਇੰਡੀਆ ਦੇ ਵਿੱਚ ਸੀ ਦੂਸਰਾ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਸੀ ਜਿਹਦੇ ਵਿੱਚ ਮੈਂ 30 ਸੈਕਿੰਡਾਂ ਦੇ ਵਿੱਚ 35 ਸੁਪਰਮੈਨ ਪੁਸ਼-ਅਪ ਕੀਤੇ ਸੀ ਤੇ ਹੁਣ ਰੀਸੈਂਟਲੀ ਜੋ ਰਿਕਾਰਡ ਕੀਤਾ ਹੈ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਲਈ ਇਹਦੇ ਵਿੱਚ ਮੈਂ 1 ਮਿੰਟ ਦੇ ਵਿੱਚ 4 ਗਿਨੇ ਵਾਸਤੇ ਕਿੰਨੀ ਵੀ ਟਰਾਈ ਕਰ ਚੁੱਕੇ ਹਾਂ ਮੈਂ ਪਹਿਲਾਂ ਟਰਾਈ ਇੱਕ ਵਾਰੀ ਹੋਰ ਕੀਤਾ ਸੀ ਉਦੋਂ ਰਿਜੈਕਸ਼ਨ ਮਿਲ ਗਈ ਸੀ ਮੈਨੂੰ ਤੇ ਮੈਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਮੈਨੂੰ ਉਸ ਰਿਕਾਰਡ ਤੋਂ ਕਾਫੀ ਡਿਸਪਾਇੰਟ ਹੋਇਆ ਸੀ ਬਟ ਮੈਂ ਹਿੰਮਤ ਨਹੀਂ ਛੱਡੀ ਹੌਸਲਾ ਨਹੀਂ ਛੱਡਿਆ ਤੇ ਇੱਕ ਨੈਵਰ ギਵ ਅਪ ਐਟੀਟਿਊਡ ਲੈ ਕੇ ਚੱਲਦਾ ਰਿਹਾ ਕੀ ਕਰਨ ਰਿਹਾ ਉਦੋਂ ਨਹੀਂ ਹੋ ਸਕਿਆ ਉਦੋਂ ਕਾਰਨ ਇਹੀ ਸੀ ਕਿ ਜੋ ਮੈਂ ਰਿਕਾਰਡ ਕੀਤਾ ਸੀ ਉਸ ਤੋਂ ਵੱਧ ਹੀ ਕਿਸੇ ਨੇ ਲਾ ਕੇ ਪਹਿਲੇ ਰਿਕਾਰਡ ਬਣਾ ਲਿਆ ਸੀ ਇਹੀ ਗੇਮ ਕਿਉਂ ਚੁਣੀ ਹੈ ਇਹੀ ਪੁਸ਼ਪ ਕਿਉਂ ਚੁਣਿਆ ਵੀ ਇਸ ਰਿਕਾਰਡ ਬਣਾਉਣਾ ਕਿਉਂਕਿ ਇੱਕ ਮਤਲਬ ਕਿ ਮੈਂ ਆਪਣੇ ਪੈਸ਼ਨ ਨੂੰ ਫੋਲੋ ਕਰ ਰਿ ਇੱਕ ਮਤਲਬ ਯੂਥ ਨੂੰ ਮੋਟੀਵੇਟ ਕਰਨਾ ਚਾਹੁੰਨਾ ਇਨਸਪਾਇਰ ਕਰਨਾ ਚਾਹੁੰਨਾ ਵਾ ਜੋ ਯੂਥ ਹੈ ਸੋਈ ਦਿਆ ਕਿ ਅਸੀਂ ਮਤਲਬ ਕਿ ਕਿਸੇ ਗੇਮ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਜਾਂ ਜਿਮ ਜਾਣ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਤੁਸੀਂ ਜੇ ਆਪਣੇ ਜਨੂਨ ਤੁਹਾਡੇ ਅੰਦਰ ਕੁਝ ਕੁਝ ਜਜ਼ਬਾ ਵਾ ਕਰਕੇ ਵਿਖਾਉਂਦਾ ਤਾਂ ਤੁਸੀਂ ਕੋਈ ਵੀ ਲਾਈਨ ਫੜ ਲੋਗੇ ਉਹਦੇ ਵਿੱਚ ਤੁਸੀਂ ਆਪਣੇ ਮੁਕਾਮ ਨੂੰ ਹਾਸਲ ਜ਼ਰੂਰ ਕਰ ਲੋਗੇ ਇਹ ਕੋਰਡ ਪਹਿਲਾਂ ਕਿਹਨੇ ਦਰਜ ਕਰਵਾਇਆ ਸੀ ਕਿਹੜਾ ਰਿਕਾਰਡ ਇਹ ਰਿਕਾਰਡ ਪਹਿਲਾਂ ਇਜੀਪਟ ਦੇ ਮੁੰਡੇ ਦਾ ਸੀ ਜਿੰਨੇ 1 ਮਿੰਟ 'ਚ 40 ਪੁਸ਼-ਅਪ ਲਾਇਏ ਸੀ ਤੇ ਮੈਂ ਇਹ ਰਿਕਾਰਡ ਤੋੜਦੇ ਹੋਏ 45 ਲਾਇਆ ਸੀ ਅਗਲਾ ਏਮ ਅਗਲਾ ਇਹ ਮਹੀਨਾ ਕਿ ਜੋ ਵੀ ਮੈਂ ਕਰੂੰਗਾ ਇਸੇ ਲਾਈਨ ਦੇ ਵਿੱਚ ਕਰੂੰਗਾ ਫਿਟਨੈਸ ਦੇ ਲਾਈਨ ਦੇ ਵਿੱਚ ਕਰੂੰਗਾ ਐਂਡ ਨਾਲ ਦੇ ਨਾਲ ਮੈਂ ਹੁਣ ਫਿਟਨੈਸ ਇਨਫਲੂਐਂਸਰ ਵੀ ਹਾਂ ਤੇ ਮੇਰੇ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਹਾਂ ਮੈਂ ਮੇਰੇ ਲਗਭਗ 1.70 ਹਜ਼ਾਰ ਦੇ ਕਰੀਬ ਫੋਲੋਅਰਸ ਆ ਇੰਸਟਾਗ੍ਰam ਤੇ YouTube ਤੇ ਵਧੀਆ ਮੈਨੂੰ ਇੱਕ ਮਤਲਬ ਕਹਿ ਲਵਾਂ ਕਿ ਹੰਗਾਰਾ ਮਿਲ ਰਿਹਾ ਵਾ ਆਪਣੇ ਯੂਥ ਤੋਂ ਸਪੋਰਟ ਕਰ ਰਹੇ ਆ ਕਾਫੀ ਜ਼ਿਆਦਾ ਮੈਨੂੰ ਤੇ ਹੋਰ ਵੀ ਸੋਸ਼ਲ ਮੀਡੀਆ ਐਪਸ ਦੇ ਉੱਤੇ ਜਦੋਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਦੇਖੋ ਸੋਸ਼ਲ ਮੀਡੀਆ ਦੇ ਵਿੱਚ ਕਿਵੇਂ ਲੋਕ ਬੀਚ ਬੀਚ ਤੋਂ ਵੀ ਲੋਕ ਅਪਰੋਚ ਕਰਦੇ ਹੋਣਗੇ ਕਿਵੇਂ ਦੇ ਰਿਸਪੌਂਸ ਮਿਲਦਾ ਮੈਨੂੰ ਕਾਫੀ ਵਧੀਆ ਰਿਸਪੌਂਸ ਮਿਲ ਰਿਹਾ ਹੁਣ ਤੱਕ ਮਤਲਬ ਕਿ ਕਹਿੰਨ ਕਿ ਇਹ ਨਹੀਂ ਕਿ ਸਾਡੇ ਪੰਜਾਬ ਜਾਂ ਇੰਡੀਆ ਚੋਂ ਹੀ ਨਹੀਂ ਸਗੋਂ ਮੈਨੂੰ ਬਾਕੀ ਕੰਟਰੀਜ਼ ਜੋ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਅਮਰੀਕਾ ਹੋ ਗਿਆ ਜਾਂ ਅਰਬ ਕੰਟਰੀਜ਼ ਹੋ ਗਈਆਂ ਇਹਨਾਂ ਚੋਂ ਵੀ ਜਿਹੜੇ ਮੈਨੂੰ ਯੂਥ ਆ ਉਹ ਸਪੋਰਟ ਕਰਦੇ ਆ ਉਹ ਮਤਲਬ ਕਿ ਇਹ ਕਹਿੰਨ ਕਿ ਇੱਕ ਤਰ੍ਹਾਂ ਦੀ ਕਾਫੀ ਇਹਦਾ ਮੋਟੀਵੇਸ਼ਨ ਦਿੰਦੇ ਆ ਇਨਸਪੀਰੇਸ਼ਨ ਦਿੰਦੇ ਆ ਕਿ ਯਾਰ ਤੁਸੀਂ ਜੋ ਜਿਸ ਤਰੀਕੇ ਨਾਲ ਮਿਹਨਤ ਕਰਦੇ ਹੋ ਜੋ ਤੁਹਾਡੀ ਖਰਾਕ ਆ ਉਹ ਸਾਡੇ ਨਾਲ ਵੀ ਸ਼ੇਅਰ ਕਰੋ ਅਸੀਂ ਵੀ ਉਸ ਚੀਜ਼ ਨੂੰ ਫੋਲੋ ਕਰਨਾ ਚਾ ਇਸ ਤਰੀਕੇ ਨਾਲ ਮਿਹਨਤ ਕਰਨੀ ਸ਼ੁਰੂਆਤ ਕਰ ਚੁੱਕਿਆ ਵਾ ਠੀਕ ਹੈ ਜਿਹੜਾ ਗਨੀਜ਼ ਨਾਮ ਰਿਖਾਇਆ ਪਤਾ ਅਸੀਂ ਇਹ ਸੋਚਦੇ ਆ ਆਪਣੇ ਬੱਚੇ ਦਾ ਸਾਡਾ ਜ਼ਿਲ੍ਹੇ ਚ ਨਾ ਹੋਏ ਪੰਜਾਬ ਚ ਨਾ ਹੋਏ ਵੱਧ ਤੋਂ ਵੱਧ ਅਬ ਸੋਚ ਲੈਣੀ ਇੰਡੀਆ ਦਾ ਨਾ ਹੋਏ ਜਦੋਂ ਵਰਲਡ ਚ ਨਾ ਜਿਹੜਾ ਬੱਚਾ ਆਪਣਾ ਦਰਜ ਕਰੰਦਾ ਉਹਦੇ ਤੇ ਫਿਰ ਖੁਸ਼ੀ ਵਾਲੀ ਤਾਂ ਕੋਈ ਹਾਦੀ ਨਹੀਂ ਰਹਿੰਦੀ ਕਿਉਂਕਿ ਇਸ ਬੱਚੇ ਨੇ ਸਾਨੂੰ ਇੰਨੀ ਖੁਸ਼ੀ ਦਿੱਤੀ ਹੈ ਕਿ ਇੰਡੀਆ ਦੀ ਲਾਸਟ ਬੁੱਕ ਹੈ ਗਨੀਜ਼ ਬੁੱਕ ਉਹਦੇ ਚ ਆਪਣਾ ਨਾਮ ਦਰਜ ਕਰਾ ਕੇ ਪਰਿਵਾਰ ਨੂੰ ਬਹੁਤ ਤਕੜਾ ਮਾਣ ਦਿਵਾਇਆ ਮਿਹਨਤ ਦੀ ਗੱਲ ਕੀਤੀ ਜਾਵੇ ਤੇ ਮਿਹਨਤ ਕਿੰਨੀ ਕਰਦਾ ਮਿਹਨਤ ਤੇ 4 ਤੋਂ 5 ਘੰਟੇ ਰੋਜ਼ ਕਰਦਾ ਨਾਲ ਨਾਲ ਇਹਨੇ ਆਪਣੇ ਯੂਨੀਵਰਸਿਟੀ ਕਾਲਜ ਪੜ੍ਹਦਾ ਉੱਥੇ ਉੱਥੇ ਵੀ ਜਾਂਦਾ ਨਾਲ ਮਿਹਨਤ ਵੀ ਕਰਦਾ ਉਹਦੇ ਹਿਸਾਬ ਨਾਲ ਇਹ ਆਪਣਾ ਸਾਰਾ ਟਾਈਮ ਕੱਢਦਾ ਸਰਕਾਰਾਂ ਦੀ ਗੱਲ ਕੀਤੀ ਜਾਵੇ ਤੇ ਐਡਾ ਵੱਡਾ ਨਾਮਨਾ ਠੱਟਿਆ ਹੋਆ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਨੁਮਾਇੰਦਾ ਵੀ ਕੋਈ ਇਹਦਾ ਤੀਜਾ ਰਿਕਾਰਡ ਹੈ ਪਹਿਲੇ ਇਹਨੇ 2019 ਚ ਰਿਕਾਰਡ ਬਣਾਇਆ ਸੀ ਫਿਰ ਦੂਜਾ ਰਿਕਾਰਡ ਵੀਨੇ 20 ਚ ਬਣਾਇਆ ਹੁਣ ਜਿਹੜਾ ਇਹਨੇ 2022 ਚ ਰਿਕਾਰਡ ਬਣਾਇਆ ਅਜੇ ਤੱਕ ਸਰਕਾਰ ਵੱਲੋਂ ਨਾ ਸਾਡੇ 1 ਕਿਲੋਮੀਟਰ ਤੇ ਜੀਟੀ ਰੋਡ ਪਿੰਡ ਤੋਂ ਪੈਂਦਾ ਹੈ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇੱਧਰ ਨੂੰ ਉਤਰ ਕੇ ਨਹੀਂ ਆਇਆ ਡੇਰਾ ਬਾਬਾ ਨਾਨਕ ਨੂੰ ਸਰਦੀ ਇਲਾਕਾ ਹੈ ਕਾਫੀ ਮੁੱਖ ਮੰਤਰੀ ਸਾਹਿਬ ਵੀ ਜਾਣਦੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਜਾਣਦੇ ਨੇ ਮਤਲਬ ਉਹਨਾਂ ਕਦੀ ਇਹ ਨਹੀਂ ਸਮਝਿਆ ਕਿ ਸਾਡੇ ਇਹ ਪਿੰਡ ਦਾ ਬੱਚਾ ਸਾਡੇ ਪੰਜਾਬ ਦਾ ਬੱਚਾ ਇਹਨਾਂ ਰਿਕਾਰਡ ਕੀਤਾ ਕਾਇਮ ਅਸੀਂ ਉਹਨੂੰ ਹੌਸਲਾ ਭੁਜਾਈ ਲਈ ਕੋਈ ਉਹਨੂੰ ਸਨਮਾਨਿਤ ਹੀ ਕਰਾਈਏ ਇੱਥੋਂ ਬਹੁਤ ਮਨ ਦੁਖੀ ਹੁੰਦਾ ਹੈ ਕਿ ਸਰਕਾਰੀ ادارے ਕਿਸੇ ਵੱਲੋਂ ਕੋਈ سپورਟ ਨਹੀਂ ਲੱਗਦਾ ਨਹੀਂ ਪੰਜਾਬ ਦੇ ਖਿਡਾਰੀ ਤਾਂ ਹੀ ਜਾ ਕੇ ਹਰਿਆਣਾ ਦੇ ਖੇਡ ਮੈਦਾਨਾਂ 'ਤੇ ਮਜਬੂਰ ਹੋ ਰਹੇ ਨੇ ਕਿਉਂਕਿ ਹਰਿਆਣਾ ਵਿੱਚ ਮਾਨਤਾ ਸਰਕਾਰ ਦਿੱਤਾ ਜਾਂਦਾ ਬਿਲਕੁਲ ਇਹ ਗੱਲ ਨੰਮੇ ਤੁਹਾਡੀ ਨਾਲ ਸਹਿਮਤ ਆ ਪਤਾ ਜੇ ਸਰਕਾਰਾਂ سپورਟ ਨਹੀਂ ਕਰਨਗੀਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਹੀਂ سپورਟ ਕਰਨਗੇ ਤੇ ਫਿਰ ਉਹ ਗਲਤ ਸਾਈਡ ਲੈਂਦੇ ਨੇ ਬੱਚੇ ਜਾਂ ਹੋਰ ਦੇਸ਼ 'ਚ ਜਾ ਕੇ ਸਾਡਾ ਜੁੱਥ ਜਿਹੜਾ ਫੋਰਨ 'ਚ ਤਾਂ ਇਸ ਲਈ ਜਾਈ ਜਾਂਦਾ ਕਿਉਂਕਿ ਉਹਨਾਂ ਨੂੰ ਕੋਈ سپورਟ ਨਹੀਂ ਕਰਦਾ ਤੇ ਕੁਬਰ ਵੀ ਉਹਨਾਂ 'ਚੋ ਹੈ ਪਰ ਇਹਨੇ ਮਤਲਬ ਹੌਸਲਾ ਆਪਣਾ ਬੁਲੰਦ ਰੱਖਿਆ ਮਤਲਬ ਆਸ ਕਰਦੇ ਆ ਅਜੀ ਵੀ ਮੁੱਖ ਮੰਤਰੀ ਪੰਜਾਬ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰਧਾਨ ਮੰਤਰੀ ਸਾਹਿਬ ਕਿਉਂਕਿ ਇਹਨੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਵੀ ਇਹਨੂੰ ਬੱਚੇ ਨੂੰ ਹੌਸਲਾ ਵਧਾਈ ਲਈ 2 ਮਿੰਟ ਲਈ ਪਾਏ ਆਪਣੀ ਆਈਡੀਆ ਤੇ ਸ਼ੇਅਰ ਕਰ ਦੇਣ ਆਸ ਕਰਦੇ ਹਾਂ